Z5 ऐप डाउनलोड करो ते देखो पूरे एपिसोड बिल्कुल फ्री। जे नए ने साइन ना किते तां तेवांश साडे कोल बैकअप दे तौर ते रहेगा। तू बिल्कुल ठीक कह रहे हैं पॉपी। ओ दीदी जी तुसी यकीन नहीं करोगे ये काली बाबा कितना शक्तिशाली बाबा है। इन्हू देख के इदां लगदा इहदे विच कालियां शक्तियां कुट कुट के भरिया होईयां ने। ਤੁਹਾਨੂੰ ਪਤਾ ਇਸ ਬੰਦੇ ਨੇ ਸਾਡੀ ਮਦਦ ਕਰਨ ਦੇ ਲਈ ਸਾਡੇ ਕੋਲੋਂ ਕੁਛ ਵੀ ਨਹੀਂ ਦਿੱਤਾ, ਇੱਕ ਰੁਪਈਆ ਵੀ ਨਹੀਂ। ਇੱਥੋਂ ਤੱਕ ਕਿ ਜਦੋਂ ਮੈਂ ਇਹਨੂੰ ਪੁੱਛਿਆ ਨਾ ਤਾਂ ਮੈਨੂੰ ਕਹਿੰਦਾ ਸਹੀ ਟਾਈਮ ਆਉਣ 'ਤੇ ਜੋ ਚੀਜ਼ ਮੈਨੂੰ ਚਾਹੀਦੀ ਹੋਏਗੀ ਨਾ ਉਹ ਮੈਂ ਮੰਗ ਲਾਂ। ਵਾਹ, ਸਭ ਕੁਛ ਫ੍ਰੀ ਫੰਡ 'ਚ ਹੀ ਹੋ ਗਿਆ। ਓ ਹਾਂ ਦੀਦੀ ਜੀ ਹਾਂ, ਅਤੇ ਜਿਹੜੀ ਕਾਲੀ ਰਾਖ ਸਾਨੂੰ ਕਾਲੀ ਬਾਬੇ ਨੇ ਦਿੱਤੀ ਹੈ ਨਾ ਉਹ ਇੱਦਾਂ ਕੰਮ ਕਰੇਗੀ ਕਿ ਦਿਵਾਸ਼ ਨੂੰ ਹੁਣ ਪਿਛਲਾ ਕੁਛ ਵੀ ਯਾਦ ਨਹੀਂ ਰਹੇਗਾ। ਤੇ ਉਹ ਸਾਡੇ ਤੇ ਉਦਾਂ ਹੀ ਭਰੋਸਾ ਕਰੇਗਾ ਜਿੱਦਾਂ ਪਹਿਲਾਂ ਕਰਦਾ ਹੁੰਦਾ ਸੀ। ਸੱਚੀ ਸਾਡੇ ਪੁਰਾਣੇ ਦਿਨ ਵਾਪਿਸ ਆ ਜਾਣਗੇ? ਹਾਂ ਦੀਦੀ ਜੀ ਹਾਂ, ਹੁਣ ਦਿਵਾਂਸ਼ ਸਭ ਕੁਝ ਭੁੱਲ ਕੇ ਸਾਡਾ ਗੁਲਾਮ ਬਣ ਜਾਏਗਾ ਤੇ ਅਸੀਂ ਜੋ ਚਾਹਵਾਂਗੇ ਨਾ ਉਹਦੇ ਤੋਂ ਉਹੀ ਕਰਵਾ ਲਾਂਗੇ। ਅਸੀਂ ਨੈਣ ਤੋਂ ਪ੍ਰੋਪਰਟੀ ਦੇ ਪੇਪਰਸ ਤੇ ਸਾਈਨ ਲੈ ਤਾਂ ਰਹੇ ਹਾਂ, ਫਿਰ ਇਹ ਕਾਲੀ ਰਾਖ ਦੀ ਕੀ ਲੋੜ ਹੈ? ਅਸੀਂ ਕਿੰਨੀ ਵਾਰੀ ਦਿਵਾਂਸ਼ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਕਿੰਨੀ ਵਾਰੀ ਪ੍ਰੋਪਰਟੀ ਸਾਨੂੰ ਮਿਲਣ ਵਾਲੀ ਸੀ ਪਰ ਮਿਲੀ। ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਪ੍ਰੋਪਰਟੀ ਮਿਲੀ ਨਹੀਂ, ਕਿਉਂਕਿ ਨੈਣ ਹਰ ਵਾਰੀ ਇੱਦਾਂ ਦਾ ਕੁਝ ਕਰਦੀ ਸੀ ਜਿਹਦੇ ਨਾਲ ਸਾਡਾ ਸੁਪਨਾ ਸਾਡੇ ਤੋਂ ਦੂਰ ਹੋ ਜਾਂਦਾ ਸੀ। ਪਰ ਇਸ ਵਾਰੀ ਸਾਨੂੰ ਬੜੀ ਸੋਚ ਸਮਝ ਕੇ ਚਾਲ ਚੱਲਣੀ ਪਏਗੀ। ਇਸ ਨੈਣ ਤੋਂ ਤਾਂ ਅਸੀਂ ਸਾਈਨ ਕਰਵਾ ਹੀ ਲਵਾਂਗੇ ਪਰ ਸਾਨੂੰ ਦਿਵਾਂਸ਼ ਨੂੰ ਵੀ ਆਪਣੇ ਹੱਥ ਵਿੱਚ ਰੱਖਣਾ ਪਏਗਾ, ਕਿਉਂਕਿ ਬਾਏ ਚਾਂਸ ਜੇ ਨੈਣ ਨੇ ਸਾਈਨ ਨਾ ਕੀਤੇ ਤਾਂ ਦਿਵਾਂਸ਼ ਸਾਡੇ ਕੋਲ ਬੈਕਅਪ ਦੇ ਤੌਰ 'ਤੇ ਰਹੇਗਾ। ਬਿਲਕੁਲ ਠੀਕ ਕਹਿ ਰਹੇ ਹਾਂ ਪੌਂਪੀ। ਨਯਨ ਤੂੰ ਇੱਥੇ ਤੂੰ ਇੱਥੇ ਕੀ ਕਰ ਰਹੀ ਹੈ? Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।